हां जी ਤੁਸੀਂ ਆਉਂਦਿਆ ਸਾਰੇ ਕੰਮ ਤੇ ਲੱਗ ਗਏ ਆ ਤੁਸੀਂ ਬਾਹਰ ਗਏ ਸੀ ਸਾਨੂੰ ਕੋਈ ਬਾਹਰ ਦੀ ਗੱਲ ਤਾਂ ਦੱਸੋ ਨਹੀਂ ਤੂੰ ਬਾਹਰ ਬਾਰੇ ਤੈਨੂੰ ਕੀ ਦੱਸਾਂ ਬਾਹਰ ਦਾ ਤਾਂ ਯਾਰਾਂ ਨੂੰ ਸ਼ੁਰੂ ਤੋਂ ਬੜਾ ਐਕਸਪੀਰੀਅੰਸ ਆ ਅੱਛਾ ਜਦੋਂ ਮੈਂ ਪੜਦਾ ਹੁੰਦਾ ਸੀ ਨਾ ਟੀਚਰ ਕਰ ਦਿੰਦਾ ਸੀ ਸਕੂਲੋਂ ਬਾਹਰ ਫਿਰ ਮੈਂ ਟਿਊਸ਼ਨ ਤੇ ਜਾਣਾ ਸ਼ਾਮੀ ਭੈਣ ਜੀ ਨੇ ਟਿਊਸ਼ਨ ਤੋਂ ਕਰ ਦੇਣਾ ਬਾਹਰ ਫਿਰ ਕਿਸੇ ਯਾਰ ਹੋਣੀ ਫੇਲ ਹੋ ਗਏ ਘਰਦਿਆਂ ਨੇ ਘਰੋਂ ਕੱਢਤਾ ਬਾਹਰ ਹੁਣ ਨਹੀਂ ਤੂੰ ਇੱਥੇ ਇੰਗਲੈਂਡ ਗਏ ਆ ਉੱਥੇ ਭਰਾਵਾ ਬਾਹਰ ਪੁਲਾਂ ਦੇ ਥੱਲੇ ਸੁੱਤੇ ਆ ਮੈਂ ਜਾ ਕੇ ਹੋਟਲ ਵਾਲੇ ਨੂੰ ਕਿਹਾ ਮੈਂ ਕਿਹਾ 20 ਪੌਂਡ ਚ ਕੋਈ ਕਮਰਾ ਦੇ ਵਧੀਆ ਜਿਹਾ ਯਾਰਾਂ ਨੇ ਸੋਣਾ ਰਾਤ ਕੱਟਣੀ ਆ ਉਹਨੇ ਹੋਟਲ ਚੋਂ ਕੱਢਤਾ ਬਾਹਰ ਮੈਂ ਕਿਤੇ ਬਫੇ ਤੇ ਗਿਆ ਇੰਡੀਅਨ ਬਫੇ ਤੇ ਮੈਂ ਕਿਹਾ 5 ਕੁ ਪੌਂਡਾਂ ਚ ਵਧੀਆ ਜਿਹਾ ਬਫੇ ਦਿਓ ਯਾਰਾਂ ਨੇ ਰੋਟੀ ਖਾਣੀ ਇੰਡੀਅਨ ਉਹਨੇ ਬਫੇ ਤੋਂ ਕੱਢਤਾ ਬਾਹਰ ਫਿਰ ਕਿਸੇ ਨੇ ਤੂੰ ਮੈਂ ਗੱਡੀ ਉੱਥੋਂ ਲਈ ਕਿਰਾਏ ਤੇ ਮੈਂ ਗੱਡੀ ਚਲਾਉਂਦਾ ਪਿਆ ਸੀ ਮੋਟਰਵੇ ਤੇ ਪੁਲਿਸ ਵਾਲਿਆਂ ਨੇ ਰੋਕਿਆ ਮੈਂ ਕਿਹਾ ਕਿਉਂ ਪਛਾਣਿਆ ਨੇ ਪਤੀਲਾ ਜੀ ਨੂੰ ਜਾਣਦੇ ਚੁੱਪ ਕਰਕੇ ਉਹਨਾਂ ਨੇ ਇੰਗਲੈਂਡ ਨੂੰ ਹੀ ਕੱਢਤਾ ਬਾਹਰ ਹੋਰ ਕੀ ਆਈ ਆਈ ਆਈ